are watching Channel Y. Channel Y, a South Asian Canadian channel. ਲੜਕੀਆਂ ਹਰ ਖੇਤਰ ਵਿੱਚ ਵੱਡੀਆਂ ਮੱਲਾਂ ਮਾਰ ਰਹੀਆਂ ਨੇ ਇਸ ਕਰਕੇ ਸਾਨੂੰ ਧੀਆਂ ਦਾ ਪੁੱਤਰਾਂ ਵਾਂਗ ਸਤਿਕਾਰ ਕਰਨਾ ਚਾਹੀਦਾ ਹੈ ਲੜਕੀਆਂ ਮਰਦਾਂ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਹੀਆਂ ਨੇ ਅਤੇ ਬੁਲੰਦੀਆਂ ਛੂ ਰਹੀਆਂ ਨੇ ਇਹ ਪ੍ਰਗਟਾਵਾ ਨਵ ਜਨਮੀ ਬੱਚੀ ਦੇ ਦਾਦਾ ਇਕਬਾਲ ਸਿੰਘ ਅਤੇ ਸਮਾਜ ਸੇਵਕ ਸਵਰਨ ਸਿੰਘ ਸੰਧੂ ਨੇ ਗੱਲਬਾਤ ਕਰਦੇ ਕਿਹਾ ਕਿ ਉਹਨਾਂ ਲੜਕੀ ਜੰਮਣ 'ਤੇ ਬਹੁਤ ਖੁਸ਼ੀ ਹੋਈ ਹੈ ਉਹਨਾਂ ਨੇ ਮਿਸਾਲ ਪੇਸ਼ ਕਰਦਿਆਂ ਰਣਜੀਤ ਹਸਪਤਾਲ 'ਚ ਨਵਜੰਮੀ ਬੱਚੀ ਨੂੰ ਟੋਲ ਧਮਾਕੇ ਨਾਲ ਘਰ ਲਿਆਂਦਾ ਇਸ ਮੌਕੇ ਲੜਕੀ ਦੀ ਮਾਤਾ ਨਵਪ੍ਰੀਤ ਕੌਰ ਅਤੇ ਪਿਤਾ ਮਨਪ੍ਰੀਤ ਸਿੰਘ ਨੇ ਲੱਡੂ ਵੰਡ ਕੇ ਖੁਸ਼ੀ ਮਨਾਈ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਤਮਸਤਕ ਹੋ ਕੇ ਉਹਨਾਂ ਉਸਦੀ ਲੰਬੀ ਉਮਰ ਅਤੇ ਤਰੱਕੀ ਲਈ ਅਰਦਾਸ ਕੀਤੀ ਹੈ ਮੈਂ ਅੱਜ ਕੱਲ੍ਹ ਦੱਸਣਾ ਚਾਹੁੰਦਾ ਕਿ ਲੋਕਾਂ ਦੀ ਸੋਚ 21ਵੀਂ ਸਦੀ ਲੋਕਾਂ ਦੀ ਕਾਫ਼ੀ ਹੱਦ ਤੱਕ ਸੋਚ ਚੇਂਜ ਹੋ ਚੁੱਕੀ ਹੈ ਕੁੜੀਆਂ ਮੁੰਡੇ ਅੱਜ ਕੱਲ੍ਹ ਬਰਾਬਰ ਹੀ ਹੈ ਅਤੇ ਕੁੜੀਆਂ ਜਦਕਿ ਜ਼ਿਆਦਾ ਕੰਮ ਕਰ ਰਹੀਆਂ ਮੁੰਡਿਆਂ ਨਾਲੋਂ ਅਤੇ ਹਰ ਇੱਕ ਉੱਚੇ ਅਹੁਦੇ 'ਤੇ ਅੱਜ ਕੱਲ੍ਹ ਕੁੜੀਆਂ ਹੈਗੀਆਂ ਅਤੇ ਇਹ ਜਿਹੜਾ ਮੈਂ ਛੋਟਾ ਜਿਹਾ ਉਪਰਾਲਾ ਕੀਤਾ ਕਿ ਲੋਕਾਂ 'ਤੇ ਇੱਕ ਸੰਦੇਸ਼ ਪਹੁੰਚਾਉਣ ਦਾ ਕਿ ਕੁੜੀਆਂ ਨੂੰ ਕੁੱਖਾਂ 'ਚ ਨਾ ਮਾਰੋ ਅਤੇ ਕਿਉਂਕਿ ਇਹੀ ਤੁਹਾਨੂੰ ਅੱਗੇ ਸਹਾਰਾ ਬਣਨਗੀਆਂ ਤੁਹਾਡਾ ਇਹ ਹੋਰ ਵੰਸ਼ ਚਲਾਉਣ ਲਈ ਇਹਨਾਂ ਦੀ ਜ਼ਰੂਰਤ ਹੈ ਅਤੇ ਕਿਉਂਕਿ ਅੱਜ ਕੱਲ੍ਹ ਮੁੰਡਿਆਂ ਦੇ ਮੁਕਾਬਲੇ ਕੁੜੀਆਂ ਦੀ ਗਿਣਤੀ ਕਾਫ਼ੀ ਘੱਟ ਗਈ ਹੈ ਇਸ ਕਰਕੇ ਆਪਾਂ ਨੂੰ ਕੁੜੀਆਂ ਨੂੰ ਪੜ੍ਹਾਉਣ ਦੀ ਅਤੇ ਜੰਮਣ ਦੀ ਬਹੁਤ ਜ਼ਿਆਦਾ ਲੋੜ ਮੈਨੂੰ ਬੜੀ ਖੁਸ਼ੀ ਹੋਈ ਸਾਡੇ ਘਰ ਬੇਟੀ ਹੋਈ ਸਾਡੇ ਸਾਰੇ ਪਰਿਵਾਰ ਨੇ ਬਹੁਤ ਖੁਸ਼ੀ ਹੋਈ ਅਸੀਂ ਲੋਕਾਂ ਨੂੰ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਬੇਟੀਆਂ ਦੀ ਇੱਜ਼ਤ ਕਰੋ ਰਿਸਪੈਕਟ ਕਰੋ ਔਰ ਇਹਨਾਂ ਨੂੰ ਇਹਨਾਂ ਦੇ ਨਾਲ ਹੀ ਸਾਰਾ ਘਰ ਪਰਿਵਾਰ ਜੋ ਆਪਣਾ ਚੱਲਦਾ ਸਭ ਬੇਟੀਆਂ ਨਾਲ ਚੱਲਦਾ ਵਾ ਸਾਡੇ ਮਨ ਦੀ ਖਾਸ਼ ਹੈਗੀ ਜੇ ਬੇਟੀ ਹੋ ਗਈ ਅਸੀਂ ਬਹੁਤ ਖੁਸ਼ ਕਰਦੇ ਔਰ ਲੋਕਾਂ ਨੂੰ ਵੀ ਅਸੀਂ ਮਤਲਬ ਸਿੱਖਿਆ ਦਿੰਦੇ ਹਾਂ ਵੀ ਇਹ ਕੰਮ ਜਿਹੜਾ ਕੁੱਖਾਂ 'ਚ ਮਾਰਨ ਵਾਲਾ ਕੰਮ ਆ ਜਾਂ ਕੁੱਤੇ ਮਤਲਬ ਇੱਦਾਂ ਛੁੱਟਣਾ ਇਹ ਮਤਲਬ ਇੱਕ ਸਮਾਜ ਦੇ ਉੱਤੇ ਬੜਾ ਲਾਂਤ ਹੈਗੀ ਆ ਇਹ ਕੰਮ ਨਹੀਂ ਕਰਨਾ ਚਾਹੀਦਾ ਅੱਜ ਕੱਲ੍ਹ ਬੇਟੀਆਂ ਵੀ ਬੱਚਿਆਂ ਤੋਂ ਬਰਾਬਰ ਹੈਗੀਆਂ ਮੈਂ ਬਹੁਤ ਖੁਸ਼ ਹਾਂ ਕਿ ਮੈਂ 3 ਜਨਮ ਦਿੱਤਾ ਹੈ ਬਿਕੋਜ਼ ਮੇਰੇ ਪੇਕੇ ਪਰਿਵਾਰ ਸਾਰੇ ਤਰ੍ਹਾਂ ਬਹੁਤ ਖੁਸ਼ ਹਾਂ ਕਿ ਮੈਂ 3 ਜਨਮ ਦਿੱਤਾ ਹੈਗਾ ਹੈ ਉਹਨੇ ਬਹੁਤ ਵਧੀਆ ਮੀਨਸ ਬਹੁਤ ਵਧੀਆ ਮੇਰਾ ਸਵਾਗਤ ਕੀਤਾ ਘਰ ਆਣ ਕੇ ਮੇਰੇ ਪੇਕੇ ਦੇ ਸਾਰੇ ਪਰਿਵਾਰ ਨੇ ਸੋ ਮੈਂ ਮਾਣ ਮਹਿਸੂਸ ਕਰਦੀ ਕਿ ਮੈਂ 1 ਨੂੰ ਜਨਮ ਦਿੱਤਾ ਅੱਜ ਅਸੀਂ ਉਹਨਾਂ ਨੂੰ ਮੁੰਡਿਆਂ ਵਾਂਗੂ ਟੋਲ ਟਮਾਕੇ ਨਾਲ ਘਰੇ ਲੈ ਕੇ ਆਏ ਹਾਂ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਫਿਰ ਧੀਆਂ ਹੁੰਦੀਆਂ ਮੁੰਡੇ ਨਾਲ ਮਾੜੀਆਂ ਨਹੀਂ ਹੁੰਦੀਆਂ ਮੀਨਸ ਬਰਾਬਰ ਦੇ ਹੁੰਦੀਆਂ ਇਹਨਾਂ ਨੂੰ ਕੁੱਖ 'ਚ ਮਾਰਨਾ ਨਹੀਂ ਚਾਹੀਦਾ ਇਹਨਾਂ ਨੂੰ ਜਨਮ ਦੇ ਕੇ ਦੁਨੀਆਂ 'ਤੇ ਲੈ ਕੇ ਆਉਣਾ ਚਾਹੀਦਾ ਤਾਂ ਜੋ ਕਿ ਜਾ ਕੇ ਵੰਸ਼ ਲਾ ਸਕੇ ਮੈਂ ਵੀ ਇੱਕ ਧੀ ਹਾਂ ਮੈਂ 1 ਨੂੰ ਜਨਮ ਦਿੱਤਾ ਹੈ ਯੂ ਆਰ ਵਾਚਿੰਗ ਚੈਨਲ ਵਾਈ ਚੈਨਲ ਵਾਈ ਅ ਸਾਊਥ ਏਸ਼ੀਅਨ ਕੈਨੇਡੀਅਨ ਚੈਨਲ